ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਇੱਕ ਨਵੀਂ ਪੰਜਾਬੀ ਮੂਵੀ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਹੁਤ ਚਿਰ ਤੋਂ ਅਟਕੀ ਹੋਈ ਰਣਜੀਤ ਬਾਵਾ ਦੀ ਮੂਵੀ ਦੀ ਹੁਣ ਰਿਲੀਜ਼ ਡੇਟ ਕਨਫਰਮ ਹੋ ਗਈ ਹੈ। ਜੇ ਗੱਲ ਕਰੀਏ ਸਟਾਰ ਕਾਸਟ ਬਾਰੇ ਤਾਂ ਇਸ ਮੂਵੀ ਦੇ ਵਿੱਚ ਰਣਜੀਤ ਬਾਵਾ, ਅਦਿਤੀ ਸ਼ਰਮਾ, ਗੁਰਪ੍ਰੀਤ ਘੁੱਗੀ, ਔਸਿਨ ਬਰਾੜ, ਤਾਰਾ ਸੁਮਨੇਰ, ਅਜੇ ਹੁੱਡਾ, ਬਦਲ ਖਾਨ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਜੇ ਗੱਲ ਕਰੀਏ ਰਾਈਟਰ ਬਾਰੇ ਤਾਂ ਇਸ ਮੂਵੀ ਨੂੰ ਧੀਰਜ ਕੇਦਾਰਨਾਥ ਨੇ ਲਿਖਿਆ ਹੈ ਅਤੇ ਇਸ ਮੂਵੀ ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰਨਗੇ। ਮਨੀ ਧਾਲੀਵਾਲ ਅਤੇ ਇੰਦਰ ਨਾਗਰਾ ਇਸ ਮੂਵੀ ਨੂੰ ਪ੍ਰੋਡਿਊਸ ਕਰਨਗੇ। ਇਹ ਮੂਵੀ ਇੱਕ ਕਮੇਡੀ ਮੂਵੀ ਆ। ਇਸ ਦਾ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਉਸ 'ਤੇ ਬਹੁਤ ਇੰਟਰਸਟਡ ਲਾਈਨ ਲਿਖੀ ਆ। ਮੈਂ ਵਿਆਹੁਣ ਗਿਆ ਸੀ ਕੁੜੀ ਨੂੰ ਪਰ ਬੇਬੇ ਪਿੱਛੇ ਪੈ ਗਈ, ਕੁੜੀ ਹੱਥ ਫੜਾ ਕੇ ਬੇਬੇ ਦਾ ਮੈਨੂੰ ਬਾਪੂ ਕਹਿ ਗਈ। ਇਸ ਮੂਵੀ ਦਾ ਨੇਮ ਹੈ ਪਰੋਣਾ 2, ਜੋ ਬਹੁਤ ਚਿਰ ਤੋਂ ਅਟਕੀ ਹੋਈ ਸੀ, ਹੁਣ ਇਹਦੀ ਰਿਲੀਜ਼ ਡੇਟ ਕਨਫਰਮ ਹੋ ਗਈ ਹੈ। ਇਸ ਮੂਵੀ ਦੀ ਕੁਝ ਸ਼ੂਟਿੰਗ ਪੰਜਾਬ ਵਿੱਚ ਹੋਈ ਆ ਅਤੇ ਬਾਕੀ ਦੀ ਇੰਗਲੈਂਡ ਦੇ ਵਿੱਚ। ਜੇ ਗੱਲ ਕਰੀਏ ਰਿਲੀਜ਼ ਡੇਟ ਬਾਰੇ ਤਾਂ ਇਹ ਮੂਵੀ ਸਾਨੂੰ ਵਰਲਡ ਵਾਈਡ 29 ਮਾਰਚ ਨੂੰ ਸਿਨੇਮਾ ਘਰਾਂ ਦੇਖਣ ਮਿਲੂਗੀ। ਇਸ ਮੂਵੀ ਨੂੰ ਡਿਸਟ੍ਰੀਬਿਊਟ ਕਰਨਗੇ ਵਾਈਟਲ ਸਟੂਡੀਓ ਵਾਲੇ, ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।